ਝਿੜੀ ਵਿੱਚ ਨਜ਼ਰ ਆਇਆ ਤੇਂਦੂਆ। ਸੈਕਟਰ 90 ਦੇ ਇੱਕ ਪਲਾਟ ਵਿੱਚ ਮਿਲੇ ਜਾਨਵਰ ਦੀ ਮੌਜੂਦਗੀ ਦੇ ਨਿਸ਼ਾਨ। ਕੁਝ ਦਿਨ ਪਹਿਲਾਂ ਸਥਾਨਕ ਫੇਸ 8 ਦੀ ਲੇਅਰ ਵੈਲੀ ਵਿੱਚ ਤੇਂਦੂਆ ਵੇਖੇ ਜਾਣ ਤੋਂ ਬਾਅਦ ਭਾਵੇਂ ਉੱਥੇ ਜੰਗਲਾਤ ਵਿਭਾਗ ਵੱਲੋਂ ਪਿੰਜਰਾ ਲਗਾਇਆ ਹੋਇਆ ਹੈ, ਪਰੰਤੂ ਇਹ ਜਾਨਵਰ ਹੁਣ ਤੱਕ ਪਕੜ ਵਿੱਚ ਨਹੀਂ ਆਇਆ ਹੈ। ਇਸ ਦੌਰਾਨ ਅਜਿਹਾ ਹੀ ਇੱਕ ਜਾਨਵਰ ਚੀਤਾ ਜਾਂ ਤੇਂਦੂਆ ਇਤਿਹਾਸਿਕ ਪਿੰਡ ਚੱਪੜਚਿੜੀ ਦੇ ਨੇੜੇ ਦੇਖਿਆ ਗਿਆ ਹੈ ਅਤੇ ਉੱਥੇ ਦੇ ਕਿਸਾਨ ਵੱਲੋਂ ਨਦੀ ਕਿਨਾਰੇ ਖੇਤ ਵਿੱਚ ਇਸ ਜਾਨਵਰ ਨੂੰ ਵੇਖੇ ਜਾਣ ਤੋਂ ਬਾਅਦ 2 ਦਿਨ ਪਹਿਲਾਂ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਇਸ ਜਾਨਵਰ ਤੋਂ ਸੁਚੇਤ ਰਹਿਣ ਸੰਬੰਧੀ ਮੁਨਿਆਦੀ ਵੀ ਕਰਵਾਈ ਜਾ ਚੁੱਕੀ ਹੈ। ਪਿੰਡ ਚੱਪੜਚਿੜੀ ਦੇ ਸਾਬਕਾ ਸਰਪੰਚ ਸਰਦਾਰ ਜ਼ੋਰਾ ਸਿੰਘ ਨੇ ਦੱਸਿਆ ਕਿ 2 ਦਿਨ ਪਹਿਲਾਂ ਹੈਰੀਟੇਜ ਵਾਲੇ ਪਾਸੇ ਇੱਕ ਕਿਸਾਨ ਨੇ ਖੇਤਾਂ ਵਿੱਚ ਨਦੀ ਵਾਲੇ ਪਾਸੇ ਇੱਕ ਚੀਤੇ ਵਰਗਾ ਜਾਨਵਰ ਵੇਖਿਆ ਸੀ, ਜਿਸ ਤੋਂ ਬਾਅਦ ਗੁਰਦੁਆਰਾ ਸਾਹਿਬ ਤੋਂ ਮੁਨਿਆਦੀ ਵੀ ਕਰਵਾਈ ਗਈ ਹੈ। ਉਹਨਾਂ ਦੱਸਿਆ ਕਿ ਉੱਥੇ ਰਾਤ ਨੂੰ 10 ਵਜੇ ਉਸ ਬੰਦੇ ਨੇ ਜਿਹੜਾ ਸਿਕਿਉਰਿਟੀ 'ਤੇ ਡਿਊਟੀ 'ਤੇ ਸੀ ਉਹਨੇ ਉੱਥੇ ਉਹਨੂੰ ਦੇਖਿਆ ਗਾ, ਕਿਉਂਕਿ ਉਹ ਕੁੱਤਿਆਂ ਦੇ ਮਗਰ ਪਿਆ ਹੋਇਆ ਸੀਗਾ, ਅਤੇ 12 ਵਜੇ ਉਹਨੇ ਫੇਰ ਦੇਖਿਆ ਗਾ। ਅਤੇ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨੇ ਪਿੰਡਾਂ ਵਾਲਿਆਂ ਨੂੰ ਵੀ ਕਿਹਾ, ਤਾਂ ਪਿੰਡਾਂ ਵਾਲਿਆਂ ਨੇ ਦੂਜੀ ਚੱਪੜਚਿੜੀ ਤੋਂ ਸਾਡੇ ਕੋਲ ਫੋਨ ਆਇਆ ਕਿ ਤੁਸੀਂ ਵੀ ਆਪਣੇ ਪਿੰਡ ਦੇ ਵਿੱਚ ਅਨਾਊਂਸਮੈਂਟ ਕਰਾ ਦਿਓ ਕਿ ਇੱਥੇ ਚਿੱਤਾ ਹੈਗਾ, ਅਤੇ ਕੋਈ ਕਿਸੇ ਦਾ ਜਾਨੀ ਨੁਕਸਾਨ ਨਾ ਹੋ ਜਾਵੇ, ਕਿਸੇ ਬੰਦੇ ਨੇ ਸੈਰ ਵਾਸਤੇ ਨਹੀਂ ਜਾਣਾ, ਕਿਸੇ ਨੇ ਘਰਾਂ ਤੋਂ ਬਾਹਰ ਨਹੀਂ ਜਾਣਾ, ਅਤੇ ਆਪਣੇ ਪਸ਼ੂ ਵਗੈਰਾ ਆਪਣੇ ਅੰਦਰ ਰੱਖਣੇ ਨੇ। ਸੋ ਇਹ ਇੱਕ ਇਤਿਹਾਸ ਦੇ ਤੌਰ 'ਤੇ ਇਹ ਗੱਲ ਸਾਰੇ ਪਾਸੇ ਸਾਡੇ ਪਿੰਡਾਂ ਦੇ ਵਿੱਚ ਲਾਂਡਰ ਵੀ ਅਨਾਊਂਸਮੈਂਟ ਹੋਈ ਹੈ, ਮੇਰੇ ਖਿਆਲ ਸਾਡੇ ਚੱਜੂ ਮਾਜਰੇ ਵੀ ਹੋਈ ਹੈ, 3-4 ਪਿੰਡਾਂ ਵਿੱਚ ਇਸ ਗੱਲ ਦਾ। ਇਸ ਦੌਰਾਨ ਸੈਕਟਰ 91 ਦੇ ਪਿਛਲੇ ਪਾਸੇ ਬਣੀ ਪਾਸ਼ ਕਲੋਨੀ ਦੇ ਸਿਕਿਉਰਿਟੀ ਗਾਰਡ ਨੇ ਵੀ ਤੇਂਦੂਆ ਵੇਖੇ ਜਾਣ ਦੀ ਪੁਸ਼ਟੀ ਕੀਤੀ ਹੈ। ਇਸ ਦੌਰਾਨ ਸਥਾਨਕ ਸੈਕਟਰ 90 JLPL ਕਲੋਨੀ ਵਿੱਚ ਕੁਝ ਵਸਨੀਕਾਂ ਵੱਲੋਂ ਇੱਥੇ ਇੱਕ ਖਾਲੀ ਪਏ ਪਲਾਟ ਵਿੱਚ ਕਿਸੇ ਜਾਨਵਰ ਦੇ ਪੈਰ ਦੇ ਨਿਸ਼ਾਨ ਵੇਖੇ ਜਾਣ ਤੇ ਕਲੋਨੀ ਦੇ ਵਸਨੀਕ ਦਹਿਸ਼ਤ ਵਿੱਚ ਆ ਗਏ ਹਨ। ਇੱਥੋਂ ਦੇ ਵਸਨੀਕਾਂ ਸਰਦਾਰ ਅਮਰੀਕ ਸਿੰਘ ਸਾਜਨ, ਠੇਕੇਦਾਰ ਮਨਜੀਤ ਸਿੰਘ ਮਾਨ, ਬਹਾਦਰ ਸਿੰਘ, ਪ੍ਰਭਜੋਤ ਸਿੰਘ, ਅਨੁਰਾਗ ਅਤੇ ਹੋਰਨਾਂ ਨੇ ਦੱਸਿਆ। ਭਾਜੀ, ਅਸੀਂ ਸਵੇਰੇ ਨਾ ਇੱਥੇ ਦੇਖਿਆ, ਪੜੋਸਾਂ ਨੇ ਜੋ ਦੇਖਿਆ ਵੀ ਇੱਥੇ ਬਹੁਤ ਵੱਡਾ ਖੱਡਾ ਅਤੇ ਬਹੁਤ ਵੱਡੇ ਪੰਜਿਆਂ ਦੇ ਨਿਸ਼ਾਨ ਪਾਏ ਗਏ, ਅਤੇ ਰਾਤ ਕੁੱਤੇ ਬਹੁਤ ਭੌਂਕਦੇ ਸੀਗੇ, ਔਰ ਕੱਲ੍ਹ ਸ਼ਾਮੀ ਵੀ ਮੈਸੇਜ ਗੁਰਦੁਆਰਾ ਚੱਪੜਚਿੜੀ ਵੱਲੋਂ ਆਇਆ ਸੀਗਾ, ਔਰ ਪਰਸੋਂ ਵੀ ਉਹਨਾਂ ਅਨਾਊਂਸਮੈਂਟ ਕੀਤੀ ਸੀ ਵੀ ਇੱਥੇ ਚੀਤਾ ਹੈਗਾ, ਭਾਈ ਤੁਸੀਂ ਬਚ ਕੇ ਰਹੋ। ਜਦੋਂ ਅਸੀਂ ਅੱਜ ਸਵੇਰੇ ਦੇਖਿਆ ਤਾਂ ਸਾਨੂੰ ਸ਼ੱਕ ਜ਼ਾਹਰ ਹੋਇਆ ਵੀ ਇੱਥੇ ਵੀ ਚੀਤੇ ਨੇ ਬਹੁਤ ਵੱਡਾ ਖੱਡਾ ਕੀਤਾ ਹੋਇਆ, ਉਹਦੇ ਪੈਰਾਂ ਦੇ ਨਿਸ਼ਾਨ ਨੇ, ਉਹਦੇ ਜਿਹੜੇ ਪੰਜੇ ਨਿਸ਼ਾਨ ਨੇ ਬਹੁਤ ਵੱਡੇ ਹੈਗੇ ਨੇ। ਹੁਣ ਅਸੀਂ ਇੰਨੇ ਸਿਆਣੇ, ਇੰਨੇ ਐਕਸਪਰਟ ਵੀ ਨਹੀਂ ਹੈਗੇ ਵੀ ਅਸੀਂ ਉਹਨੂੰ ਪੱਕਾ ਕਹਿ ਸਕੀਏ, ਅਸੀਂ ਤਾਂ ਜਿਹੜੇ ਹੈਗੇ ਬੰਦਿਆਂ ਨੂੰ ਦੱਸਣਾ ਚਾਹੁੰਦੇ ਹਾਂ, ਔਰ ਅਸੀਂ ਕਿੰਨੇ ਵੀ ਇਹਦਾ ਪਤਾ ਲਗਾਇਆ ਜਾਵੇ, ਅਤੇ ਜੇ ਲੋਕਾਂ ਦੇ ਜਿਹੜੇ ਮੁਹੱਲੇ 'ਚ ਰਹਿੰਦੇ ਹੈਗੇ ਨੇ, ਉਹਨਾਂ ਸਭ ਬਾਲ ਪਰਿਵਾਰ ਬੱਚੇ ਰਹਿੰਦੇ ਹੈਗੇ ਨੇ, ਹੁਣ ਅਸੀਂ ਆਪਣੀ ਸੇਫਟੀ ਚਾਹੁੰਦੇ ਹੈਗੇ ਹਾਂ ਅਤੇ ਅਸੀਂ ਬਚ ਸਕੀਏ, ਥੋੜ੍ਹਾ ਕਨਫਰਮ ਹੋ ਜਾਵੇ। ਵਨ ਵਿਭਾਗ ਵਾਲਿਆਂ ਨੇ ਕਿਸ ਨਾਲ ਗੱਲ ਕੀਤੀ? ਅਸੀਂ ਉਹਨਾਂ ਨੂੰ ਫੋਟੋ ਕੁਛ ਭੇਜੀਆਂ ਹੋਈਆਂ ਨੇ, ਕੁਛ ਪ੍ਰੈਸ ਵਾਲੇ ਦੂਸਰੇ ਨੇ ਫੋਟੋ ਭੇਜੀਆਂ ਨੇ, ਅਸੀਂ ਐਫਰਟਸ ਕਰ ਰਹੇ ਹਾਂ, ਪੁਲਿਸ ਡਿਪਾਰਟਮੈਂਟ ਨੂੰ ਭੇਜੀਆਂ ਵੀ ਆ ਕੇ ਚੈੱਕ ਕਰਨਗੇ, ਅਤੇ ਅਸੀਂ ਆਪਣੀ ਦੱਸ ਰਹੇ ਹਾਂ, ਪਰ ਅਸੀਂ ਪੱਕਾ ਸ਼ੋਰ ਨਹੀਂ ਕਰਦੇ ਵੀ ਕੱਲ੍ਹ ਨੂੰ ਲੋਕ, ਅੱਜ ਕੱਲ੍ਹ ਅਫਵਾਹਾਂ ਚੱਲਦੀਆਂ ਨੇ ਵੀ ਸਾਡੇ ਕੱਲ੍ਹ ਨੂੰ ਇਲਜ਼ਾਮ ਲਾ ਦੇਣ ਵੀ ਇਹਨਾਂ ਕਨਫਰਮ ਨੇ, ਉਹਦੇ ਡਿਪਾਰਟਮੈਂਟ ਆ ਕਨਫਰਮ ਕਰਨਾ ਹੈਗਾ, ਅਸੀਂ ਇੰਨੇ ਹੀ ਕਹਿ ਸਕਦੇ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਸੈਕਟਰ 90 ਦੇ ਪਿਛਲੇ ਪਾਸੇ ਸਥਿਤ ਚੱਪੜਚਿੜੀ ਦੇ ਗੁਰਦੁਆਰਾ ਸਾਹਿਬ ਤੋਂ ਇਸ ਸੰਬੰਧੀ ਮੁਨਿਆਦੀ ਵੀ ਕੀਤੀ ਗਈ ਹੈ ਕਿ ਇਸ ਇਲਾਕੇ ਵਿੱਚ ਚੀਤੇ ਵਰਗਾ ਜਾਨਵਰ ਦੇਖਿਆ ਗਿਆ ਹੈ, ਲੋਕ ਸਾਵਧਾਨ ਰਹਿਣ। ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਜਾਨਵਰ ਨੂੰ ਤੁਰੰਤ ਕਾਬੂ ਕੀਤਾ ਜਾਵੇ ਤਾਂ ਜੋ ਵਸਨੀਕਾਂ ਦਾ ਕੋਈ ਨੁਕਸਾਨ ਨਾ ਹੋਵੇ। ਸੰਪਰਕ ਕਰਨ ਤੇ ਮੋਹਾਲੀ ਦੇ SDM ਸ਼੍ਰੀ ਜਗਦੀਪ ਸਹਿਗਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਅਜਿਹਾ ਇੱਕ ਜਾਨਵਰ ਫੇਜ਼ 8 ਦੀ ਲੇਅਰ ਵੈਲੀ ਦੀ ਨਦੀ ਵਿੱਚ ਵੇਖਿਆ ਗਿਆ ਸੀ, ਜਿਸ ਤੋਂ ਬਾਅਦ ਜੰਗਲਾਤ ਵਿਭਾਗ ਵੱਲੋਂ ਉੱਥੇ ਟਰੈਪ ਲਗਾਇਆ ਗਿਆ ਹੈ। ਉਹਨਾਂ ਦੱਸਿਆ ਕਿ ਚੱਪੜਚਿੜੀ ਦੇ ਖੇਤਰ ਵਿੱਚ ਜਾਨਵਰ ਵੇਖੇ ਜਾਣ ਦੀ ਗੱਲ ਉਹਨਾਂ ਦੀ ਜਾਣਕਾਰੀ ਵਿੱਚ ਨਹੀਂ ਹੈ ਅਤੇ ਉਹ ਇਸ ਸੰਬੰਧੀ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਮੌਕਾ ਵੇਖਣ ਅਤੇ ਲੋੜੀਂਦੀ ਕਾਰਵਾਈ ਕਰਨ ਲਈ ਭੇਜਣਗੇ। ਜੇਕਰ ਤੁਹਾਨੂੰ ਸਾਡਾ ਚੈਨਲ ਪਸੰਦ ਆਇਆ ਹੈ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਘੰਟੀ ਦਾ ਸਵਿੱਚ ਆਨ ਕਰੋ ਤਾਂ ਜੋ ਸਾਡੀਆਂ ਖਬਰਾਂ ਤੁਹਾਨੂੰ ਲਗਾਤਾਰ ਮਿਲਦੀਆਂ ਰਹਿਣ। ਤੁਹਾਡਾ ਪਿਆਰ ਹੀ ਸਾਡੀ ਤਾਕਤ ਹੈ। ਮੋਹਾਲੀ ਤੋਂ ਜਸਵਿੰਦਰ ਸਿੰਘ ਦੀ ਰਿਪੋਰਟ।